ਨੌਜਵਾਨਾਂ ਨੇ ਇੱਕ ਕੁੜੀ ਨੂੰ ਵਾਲਾਂ ਤੋਂ ਫੜ ਕੇ ਬੁਰੀ ਤਰ੍ਹਾਂ ਘੜੀਸਿਆ ਤੇ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਦਰਅਸਲ ਇਹ ਮਾਮਲਾ ਪ੍ਰੇਮ ਸੰਬੰਧਾਂ ਦਾ ਹੈ। ਕੁੜੀ ਨੇ ਮੁੰਡੇ ਨਾਲ ਪਿਛਲੇ 8 ਮਹੀਨੇ ਤੋਂ ਰਿਸ਼ਤਾ ਤੋੜ ਦਿੱਤਾ ਸੀ, ਪਰ ਮੋਹਿਤ ਨਾਮ ਦਾ ਮੁੰਡਾ ਉਸਦਾ ਪਿੱਛਾ ਕਰਨ ਤੋਂ ਨਹੀਂ ਹਟ ਰਿਹਾ ਸੀ ਤੇ ਮਾਮਲਾ ਹੁਣ ਕੁੱਟਮਾਰ ਕਰਨ ਤੱਕ ਪਹੁੰਚ ਗਿਆ। ਕੁੜੀ ਦੀ ਕੁੱਟਮਾਰ ਕਰਨ ਲਈ ਇਹ ਮੁੰਡਾ ਬਾਈਕ ਤੇ ਆਪਣੇ 3 ਦੋਸਤਾਂ ਦੇ ਨਾਲ ਆਇਆ ਤੇ ਕੁੜੀ ਦੇ ਕਮਰੇ 'ਚ ਵੜ ਕੇ ਉਸਦੇ ਨਾਲ ਕੁੱਟਮਾਰ ਕੀਤੀ ਤੇ ਕੁੜੀ ਨੂੰ ਘੜੀਸਦਾ ਸੜਕ ਤੇ ਲੈ ਆਇਆ। ਇਸ ਮੁੰਡੇ ਦੇ ਨਾਲ ਉਸਦਾ ਇੱਕ ਸਾਥੀ ਵੀ ਕੁੜੀ ਨੂੰ ਘੜੀਸਦਾ ਨਜ਼ਰ ਆਇਆ, ਜਦੋਂ ਕਿ ਦੋ ਮੁੰਡਿਆਂ ਨੇ ਬਾਈਕ ਨੂੰ ਮਗਰ ਲਗਾ ਰੱਖਿਆ ਸੀ। ਕੁੜੀ ਦੇ ਸ਼ੋਰ ਮਚਾਉਣ ਤੇ ਮੁੰਡਾ ਕੁੜੀ ਨੂੰ ਜ਼ਖਮੀ ਹਾਲਤ ਦੇ ਵਿੱਚ ਸੜਕ ਤੇ ਹੀ ਛੱਡ ਕੇ ਫਰਾਰ ਹੋ ਗਿਆ, ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਪੀੜਤਾਂ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ। ਕੁੜੀ ਦੀ ਉਮਰ ਤਕਰੀਬਨ 25 ਸਾਲ ਦੀ ਹੈ। ਇਹ ਵਾਰਦਾਤ ਸੜਕ ਤੇ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ। ਮਾਮਲਾ ਮੋਹਾਲੀ ਜ਼ਿਲ੍ਹੇ ਦੇ ਡੇਰਾ ਬਸੀ ਦੇ ਸ਼ਕਤੀ ਨਗਰ ਦੀ ਕਲੋਨੀ ਤੋਂ ਸਾਹਮਣੇ ਆਇਆ, ਜਿੱਥੇ ਇਹ ਕੁੜੀ ਇੱਕ ਕਿਰਾਏ ਦੇ ਮਕਾਨ ਤੇ ਰਹਿ ਰਹੀ। ਫਿਲਹਾਲ ਪੁਲਿਸ ਨੇ ਨੌਜਵਾਨ ਉੱਤੇ ਸਾਥੀਆਂ ਸਮੇਤ ਮਾਮਲਾ ਦਰਜ ਕਰ ਲਿਆ ਤੇ ਦੋਸ਼ੀਆਂ ਦੀ ਭਾਲ ਹੁਣ ਕੀਤੀ ਜਾ ਰਹੀ ਹੈ। ਦੋ ਨੌਜਵਾਨਾਂ ਨੇ ਇੱਕ ਕੁੜੀ ਨੂੰ ਵਾਲਾਂ ਤੋਂ ਫੜ ਕੇ ਬੁਰੀ ਤਰ੍ਹਾਂ ਘੜੀਸਿਆ ਤੇ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਦਰਅਸਲ ਇਹ ਮਾਮਲਾ ਪ੍ਰੇਮ ਸੰਬੰਧਾਂ ਦਾ ਹੈ। ਕੁੜੀ ਨੇ ਮੁੰਡੇ ਨਾਲ ਪਿਛਲੇ 8 ਮਹੀਨੇ ਤੋਂ ਰਿਸ਼ਤਾ ਤੋੜ ਦਿੱਤਾ ਸੀ, ਪਰ ਮੋਹਿਤ ਨਾਮ ਦਾ ਮੁੰਡਾ ਉਸਦਾ ਪਿੱਛਾ ਕਰਨ ਤੋਂ ਨਹੀਂ ਹਟ ਰਿਹਾ ਸੀ ਤੇ ਮਾਮਲਾ ਹੁਣ ਕੁੱਟਮਾਰ ਕਰਨ ਤੱਕ ਪਹੁੰਚ ਗਿਆ। ਕੁੜੀ ਦੀ ਕੁੱਟਮਾਰ ਕਰਨ ਲਈ ਇਹ ਮੁੰਡਾ ਬਾਈਕ ਤੇ ਆਪਣੇ 3 ਦੋਸਤਾਂ ਦੇ ਨਾਲ ਆਇਆ ਤੇ ਕੁੜੀ ਦੇ ਕਮਰੇ 'ਚ ਵੜ ਕੇ ਉਸਦੇ ਨਾਲ ਕੁੱਟਮਾਰ ਕੀਤੀ ਤੇ ਕੁੜੀ ਨੂੰ ਘੜੀਸਦਾ ਸੜਕ ਤੇ ਲੈ ਆਇਆ। ਇਸ ਮੁੰਡੇ ਦੇ ਨਾਲ ਉਸਦਾ ਇੱਕ ਸਾਥੀ ਵੀ ਕੁੜੀ ਨੂੰ ਘੜੀਸਦਾ ਨਜ਼ਰ ਆਇਆ, ਜਦੋਂ ਕਿ ਦੋ ਮੁੰਡਿਆਂ ਨੇ ਬਾਈਕ ਨੂੰ ਮਗਰ ਲਗਾ ਰੱਖਿਆ ਸੀ। ਕੁੜੀ ਦੇ ਸ਼ੋਰ ਮਚਾਉਣ ਤੇ ਮੁੰਡਾ ਕੁੜੀ ਨੂੰ ਜ਼ਖਮੀ ਹਾਲਤ ਦੇ ਵਿੱਚ ਸੜਕ ਤੇ ਹੀ ਛੱਡ ਕੇ ਫਰਾਰ ਹੋ ਗਿਆ, ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਪੀੜਤਾਂ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ। ਕੁੜੀ ਦੀ ਉਮਰ ਤਕਰੀਬਨ 25 ਸਾਲ ਦੀ ਹੈ। ਇਹ ਵਾਰਦਾਤ ਸੜਕ ਤੇ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ। ਮਾਮਲਾ ਮੋਹਾਲੀ ਜ਼ਿਲ੍ਹੇ ਦੇ ਡੇਰਾ ਬਸੀ ਦੇ ਸ਼ਕਤੀ ਨਗਰ ਦੀ ਕਲੋਨੀ ਤੋਂ ਸਾਹਮਣੇ ਆਇਆ, ਜਿੱਥੇ ਇਹ ਕੁੜੀ ਇੱਕ ਕਿਰਾਏ ਦੇ ਮਕਾਨ ਤੇ ਰਹਿ ਰਹੀ। ਫਿਲਹਾਲ ਪੁਲਿਸ ਨੇ ਨੌਜਵਾਨ ਉੱਤੇ ਸਾਥੀਆਂ ਸਮੇਤ ਮਾਮਲਾ ਦਰਜ ਕਰ ਲਿਆ ਤੇ ਦੋਸ਼ੀਆਂ ਦੀ ਭਾਲ ਹੁਣ ਕੀਤੀ ਜਾ ਰਹੀ ਹੈ।